ਸ੍ਰੀ ਅਕਾਲ ਜੀ। ਆਜ਼ਾਦੀ ਦਿਵਸ ਤੇ ਵਿਸ਼ੇਸ਼ ਪ੍ਰੋਗਰਾਮ ਵਰਜਿੰਗ ਇੰਡੀਆ ਵਾਂਟਸ ਲੈ ਕੇ ਮੈਂ ਗੁਰਪਿੰਦਰ ਕੌਰ ਹਾਜ਼ਰ ਹਾਂ। ਜੇਕਰ ਗੱਲ ਇਸ ਇਤਿਹਾਸ ਦੀ ਕੀਤੀ ਜਾਵੇ ਤਾਂ ਸਾਨੂੰ ਆਜ਼ਾਦੀ ਇੰਨੇ ਸੌਖਿਆ ਹੀ ਨਹੀਂ ਮਿਲੀ। ਲੱਖਾਂ ਮੁਸੀਬਤਾਂ ਦਾ ਸਾਹਮਣਾ ਕਰਨ ਤੋਂ ਬਾਅਦ, ਲਗਭਗ 200 ਵਰ੍ਹੇ ਅੰਗਰੇਜ਼ਾਂ ਦੇ ਗੁਲਾਮ ਰਹਿਣ ਤੋਂ ਬਾਅਦ, ਆਜ਼ਾਦੀ ਦੇ ਪ੍ਰਵਾਨਿਆਂ ਨੇ ਆਪਣੇ ਜਮਹੂਰੀ ਹੱਕਾਂ ਦੇ ਲਈ ਲੜ ਕੇ ਆਜ਼ਾਦੀ ਨੂੰ ਪ੍ਰਾਪਤ ਕੀਤਾ। ਆਓ ਅਸੀਂ ਆਪਣੀ ਨੌਜਵਾਨ ਪੀੜ੍ਹੀ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਕਿ ਉਹ ਆਜ਼ਾਦੀ ਦਿਵਸ ਨੂੰ ਕਿਸ ਤਰ੍ਹਾਂ ਮਨਾ ਰਹੇ ਹਨ। ਆਜ਼ਾਦੀ ਦੇ ਪ੍ਰਵਾਨਿਆਂ ਨੇ ਆਜ਼ਾਦੀ ਦੇ ਸਮੇਂ ਜੋ ਸੁਪਨਾ ਦੇਖਿਆ ਸੀ ਕਿ ਸਾਡਾ ਜਿਹੜਾ ਭਾਰਤ ਹੈ ਉਹ ਇਹੋ ਜਿਹਾ ਹੋਵੇਗਾ, ਕੀ ਉਹ ਨੌਜਵਾਨ ਪੀੜ੍ਹੀ ਦੇ ਅਕੋਰਡਿੰਗ ਵੀ ਉਹ ਸੁਪਨਾ ਉਹਨਾਂ ਦਾ ਪੂਰਾ ਹੋ ਰਿਹਾ ਕਿ ਨਹੀਂ ਹੋ ਰਿਹਾ? ਬਿਲਕੁਲ ਪੂਰਾ ਹੋ ਰਿਹਾ ਸੁਪਨਾ, ਕਿਉਂਕਿ ਆਪਣਾ ਜਿਹੜਾ ਇੰਡੀਆ ਹੈ ਭਾਰਤ, ਇਹ ਬਹੁਤ ਜਲਦੀ ਡਿਵੈਲਪ ਕਰ ਰਿਹਾ। ਆਪਾਂ ਦੇਸ਼ ਨੂੰ ਕਹਿ ਜਾਂਦੇ ਕਿ ਡਿਵੈਲਪਿੰਗ ਕੰਟਰੀ ਹੈ, ਕਦੋਂ ਤੱਕ ਤੁਹਾਡੇ ਅਨੁਸਾਰ ਕਿ ਡਿਵੈਲਪ ਹੋ ਜੂਗਾ, ਵੀ ਡਿਵੈਲਪ ਕੰਟਰੀਆਂ ਦੇ ਵਿੱਚ ਅਸੀਂ ਗਿਣੇ ਜਾਵਾਂਗੇ? ਡਿਵੈਲਪਿੰਗ ਕੰਟਰੀ ਸਿਰਫ ਰੋਡਸ ਵਗੈਰਾ ਦੇ ਸੀਮਿਤ ਰਹਿ ਗਈ, ਬਾਕੀ ਆਪਾਂ ਡਿਵੈਲਪ ਹੋ ਚੁੱਕੇ ਹਾਂ, ਮਾਈਂਡ ਦੇ ਤੌਰ ਤੇ ਵੀ ਡਿਵੈਲਪ ਹੋ ਚੁੱਕੇ ਹਾਂ ਤੇ ਵੈਸੇ ਡਿਵੈਲਪ। ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੁਹਾਡਾ ਨਾਮ? ਸੰਤੋਸ਼। ਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਆਪਣੇ ਦੇਸ਼ ਨੂੰ ਆਜ਼ਾਦ ਹੋਇਆ ਇੰਨੇ ਵਰੇ ਬੀਤ ਚੁੱਕੇ ਹੈ, ਆਜ਼ਾਦੀ ਦੇ ਪ੍ਰਵਾਨਿਆਂ ਨੇ ਜੋ ਸੁਪਨਾ ਦੇਖਿਆ ਸੀ ਕਿ ਸਾਡਾ ਦੇਸ਼ ਹੈ ਜਿਹੜਾ ਆਜ਼ਾਦੀ ਤੋਂ ਬਾਅਦ ਇਹੋ ਜਿਹਾ ਹੋਵੇਗਾ, ਹਨਾ, ਤੇ ਉਹ ਸੁਪਨਾ ਜਿਹੜਾ ਅੱਜ ਪੂਰਾ ਹੋ ਰਿਹਾ ਕਿ ਨਹੀਂ ਹੋ ਰਿਹਾ? ਮੈਂ ਜਿੱਥੇ ਤੱਕ ਸਮਝਦਾ ਕਿ ਇੰਨਾ ਨਹੀਂ ਹੋ ਰਿਹਾ ਹੈਗਾ, ਆਜ਼ਾਦ ਤਾਂ ਹੈਗੇ ਹਾਂ ਪਰ ਇੰਨੇ ਨਹੀਂ ਹੈਗੇ ਅਸੀਂ ਆਜ਼ਾਦ, ਕਿਉਂਕਿ ਕੁੜੀਆਂ ਲਈ ਫਰੀਡਮ ਨਹੀਂ ਹੈਗੇ। ਹਨਾ, ਕਿ ਇਹ ਦੇਸ਼ ਦੀ ਕੁੜੀਆਂ ਰਾਤੀ ਵੀ ਖੁੱਲ੍ਹੇ ਘੁੰਮ ਸਕਦੀਆਂ ਨੇ, ਉਹ ਹੋਊਗਾ ਉਸ ਦਿਨ? ਅੱਜ ਵੀ ਸਾਡੇ ਦੇਸ਼ ਵਿੱਚ ਪੂਰੀ ਆਜ਼ਾਦੀ ਨਹੀਂ ਹੈਗੀ ਕਿਸੇ ਲਈ ਵੀ, ਅਤੇ ਨਾ ਸਾਰੇ ਲੋਕ ਕਈ ਹੈਗੇ ਨੇ ਨੈਰੋ ਮਾਈਂਡਿਡ ਵਾਲੇ ਕਿ ਕੁੜੀ ਮੁੰਡੇ ਬੇਬਾਤ ਕਰਦੇ ਨੇ, ਹੈ ਨਾ, ਕਈ ਸੋਚਦੇ ਘਰ ਦੇ ਕਿ ਹਾਂ ਉਹਨੂੰ ਇਹ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਹੈਗਾ, ਕਿ ਇੰਨੇ ਉਹ ਫਰੀਡਮ ਨਹੀਂ ਦਿੰਦੇ ਹੈਗੇ ਸਾਰੇ ਘਰ ਦੇ, ਮਤਲਬ ਕਈ ਹੈਗੇ ਨੇ ਕਿ ਸੋਚਦੇ ਨੇ ਕਿ ਪਰਿਵਾਰ ਕਿ ਹਾਂ ਕਿ ਕੁੜੀ ਮੁੰਡੇ ਨੂੰ ਇੱਕੋ ਇੱਕੋ ਲੈਵਲ 'ਤੇ ਰੱਖਣਾ ਹੈਗਾ, ਕਈ ਨਹੀਂ ਰੱਖਦੇ ਹੈਗੇ ਇੱਕੋ ਲੈਵਲ। ਮੈਂ ਸਮਝਦਾ ਕਿ ਜਦ ਤੱਕ ਉਹ ਨਹੀਂ ਜਾਊਗੀ ਆਪਣੇ ਦੇਸ਼ ਵਿੱਚ ਆਜ਼ਾਦੀ ਸਮਝ ਨਹੀਂ ਸਕਦੇ ਕਿ ਹਾਂ ਹੈਗੀ ਆਪਾਂ ਨੂੰ ਆਜ਼ਾਦੀ। ਤੁਸੀਂ ਆਜ਼ਾਦੀ ਦਿਵਸ ਨੂੰ ਕਿਵੇਂ ਮਨਾਉਂਦੇ ਹੋ, ਸਿਰਫ ਛੁੱਟੀ ਤੱਕ ਸੀਮਿਤ ਰਹਿੰਦੇ ਜਾਂ ਕੁਝ ਖਾਸ ਕਰਦੇ ਹੋ? ਨਹੀਂ, ਅਸੀਂ ਆਜ਼ਾਦੀ ਦਿਵਸ ਤਾਂ ਕਹਿਣ ਨੂੰ ਹੁੰਦਾ ਕਿ ਦੇਸ਼ ਤਾਂ ਹਲੇ ਵੀ ਹਰ ਇੱਕ ਦਿਨ ਆਜ਼ਾਦ ਹੁੰਦਾ, ਜਦ ਤੱਕ ਬੰਦਾ ਆਪਣੇ ਆਪ ਨੂੰ ਸਮਝਦਾ ਨਹੀਂ ਕਿ ਹਾਂ ਅਸੀਂ ਆਜ਼ਾਦ ਹਾਂ, ਤਦ ਤੱਕ ਕੋਈ ਵੀ ਆਜ਼ਾਦ ਨਹੀਂ ਹੈਗਾ। ਜਦ ਤੱਕ ਤੁਸੀਂ ਆਪਣੇ ਲਈ ਦਿਲੋਂ ਮੰਨਣ ਦੀ ਗੱਲ, ਜਦ ਤੱਕ ਤੁਸੀਂ ਆਪਣੇ ਲਈ ਨਹੀਂ ਲੜੋਗੇ ਕਿ ਹਾਂ ਅਸੀਂ ਆਜ਼ਾਦ ਹਾਂ, ਤਦ ਤੱਕ ਕੋਈ ਬੰਦਾ ਆਜ਼ਾਦ ਨਹੀਂ ਹੈਗਾ। ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ? ਮੇਰਾ ਨਾਮ ਅਮਨਜੋਤ ਸਿੰਘ ਹੈ। ਹਾਂਜੀ, ਤੇ ਅੱਜ ਅਸੀਂ ਆਜ਼ਾਦੀ ਦਿਵਸ ਮਨਾ ਰਹੇ ਹਾਂ, ਤੇ ਤੁਹਾਡੇ ਅਨੁਸਾਰ ਜਿਹੜਾ ਸੁਪਨਿਆਂ ਦਾ ਭਾਰਤ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ? ਤੇ ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਣ ਨੂੰ ਕਰੀਬ 70 ਸਾਲ ਹੋ ਗਏ, ਤੇ ਜਿਸ ਦੇਖਿਆ ਵੀ ਜਿਹੜਾ ਅੱਜ ਦੇਸ਼ ਸਾਡਾ ਬਹੁਤ ਹੀ ਨਿਚਲੇ ਲੈਵਲ 'ਤੇ ਜਾ ਰਿਹਾ, ਜਿਵੇਂ ਕਿ ਇੱਥੇ ਕਰਪਸ਼ਨ ਬਹੁਤ ਆ, ਬੇਰੁਜ਼ਗਾਰੀ ਬਹੁਤ ਆ, ਜੋ ਸੁਪਨਾ ਦੇਖਿਆ ਤਾਂ ਉਹ ਸੁਪਨਾ ਪੂਰਾ ਨਹੀਂ ਹੋ ਰਿਹਾ ਹੈਗਾ, ਅਤੇ ਜਿਸ ਹਿਸਾਬ ਨਾਲ ਹੋਣਾ ਚਾਹੀਦਾ ਤਾਂ ਕਿ ਸਾਡੇ ਦੇਸ਼ ਨੂੰ ਤਰੱਕੀ ਕਰਨੀ ਚਾਹੀਦੀ ਸੀ, ਉਸ ਹਿਸਾਬ ਨਾਲ ਤਰੱਕੀ ਕਰ ਨਹੀਂ ਰਿਹਾ ਹੈਗਾ। ਨੌਜਵਾਨ ਪੀੜ੍ਹੀ ਦਾ ਜਿਹੜਾ ਰੁਝਾਨ ਆ ਉਹ ਇੱਥੇ ਦੇਸ਼ ਵਿੱਚ ਘੱਟ ਤੋਂ ਵਿਦੇਸ਼ਾਂ ਵੱਲ ਜ਼ਿਆਦਾ ਵੱਧ ਰਿਹਾ ਹੈ, ਅਤੇ ਉਹਨਾਂ ਨੂੰ ਇੱਥੇ ਰੁਜ਼ਗਾਰ ਨਹੀਂ ਮਿਲ ਰਿਹਾ ਹੈਗਾ, ਬੇਰੁਜ਼ਗਾਰੀ ਵੱਧ ਰਹੀ ਆ, ਜਿਸ ਕਾਰਨ ਉਹਨਾਂ ਦਾ ਉਹਨੂੰ ਇੱਥੇ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ। ਬਹੁਤ ਬਹੁਤ ਧੰਨਵਾਦ ਜੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ। ਸਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਅੱਜ ਅਸੀਂ 72ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ, ਤੇ ਤੁਸੀਂ ਹਰ ਰੋਜ਼ ਨੌਜਵਾਨ ਪੀੜ੍ਹੀ ਵਿੱਚ ਵਿਚਰਦੇ ਹੋ, ਤੁਸੀਂ ਸਾਡੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਬਿਲਕੁਲ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਆਜ਼ਾਦੀ ਦਿਹਾੜੇ ਦੀ ਕੀ ਮਹੱਤਤਾ ਆ। ਹਾਂਜੀ, ਫਸਟ ਯੂ ਹੈਵ ਟੂ ਨੋ ਕਿ ਜਦੋਂ 1947 ਦੇ ਵਿੱਚ ਕੰਡੀਸ਼ਨਸ ਇਹੋ ਜਿਹੀਆਂ ਸੀ, ਉਦੋਂ ਸਰਕਮਸਟਾਂਸਿਸ ਇਹੋ ਜਿਹੇ ਸੀਗੇ, ਸਿਚੁਏਸ਼ਨ ਇਹੋ ਜਿਹੀਆਂ ਸੀਗੀਆਂ ਕਿ ਹਰ ਤਰ੍ਹਾਂ ਦੀ ਪਾਲਿਸੀ ਮੇਕਿੰਗ ਸੀ, ਭਾਵੇਂ ਉਹ ਯੂਥ ਡਿਵੈਲਪਮੈਂਟ ਦੀ ਸੀ, ਭਾਵੇਂ ਐਜੂਕੇਸ਼ਨ ਦੀ ਸੀ, ਭਾਵੇਂ ਇੰਡਸਟਰੀ ਡਿਵੈਲਪਮੈਂਟ ਦੀ ਸੀ, ਉਹ ਇਨ ਦੀ ਹੈਂਡਸ ਆਫ ਦੀ ਬ੍ਰਿਟਿਸ਼ਰ ਸੀ। ਤਾਂ ਲੋਕਾਂ ਨੇ ਆਪਣੀ ਡੈਮੋਕ੍ਰੇਸੀ ਨੂੰ ਆਪਣਾ ਸਿਕਿਓਰ ਕਰਨ ਦੇ ਲਈ, ਆਪਣੀ ਆਜ਼ਾਦੀ ਨੂੰ, ਆਪਣਾ ਆਜ਼ਾਦੀ ਇਨ ਵਿੱਚ ਸੈਂਸ ਕਿ ਤੁਹਾਡੀ ਪਾਲਿਸੀ ਮੇਕਿੰਗ ਦੇ ਵਿੱਚ ਆਪਣੀ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ, ਰਿਪਬਲਿਕ ਹੋਣੀ ਚਾਹੀਦੀ ਹੈ, ਲੋਕਾਂ ਦਾ ਆਪਣਾ ਰਾਜ ਲੋਕਾਂ ਦੇ ਉੱਤੇ ਹੋਣਾ ਚਾਹੀਦਾ। ਤਾਂ ਉਹਦੇ ਲਈ ਆਪਣੇ ਜਿਹੜੇ ਆਪਣੇ ਆਜ਼ਾਦੀ ਦੇ ਘੁਲਾਟੀਏ ਸੀਗੇ, ਉਹਨਾਂ ਨੇ ਫਾਈਟਸ ਲੜੀਆਂ ਥਰੂ ਦੀ ਇੰਡੀਪੈਂਡੈਂਸ, ਠੀਕ ਹੈ ਜੀ, ਵਾਰਸ ਹੋਈਆਂ, ਠੀਕ ਹੈ ਜੀ, ਸਿਵਲ ਡਿਸਓਬੀਡੈਂਸ ਵਾਰਸ ਹੋਈਆਂ, ਉਹਦੇ ਥਰੂ ਉਹਨਾਂ ਨੇ ਕੀ ਕੀਤਾ ਕਿ ਆਜ਼ਾਦੀ ਦੇ ਲਈ ਲੜੇ। ਉਸ ਤੋਂ ਬਾਅਦ ਦੇਸ਼ ਆਜ਼ਾਦ ਹੋ ਗਿਆ, ਅਤੇ ਜਿਹੜੀ ਪਾਲਿਸੀ ਮੇਕਿੰਗ ਸੀ ਉਹ ਆਪਣੇ ਇੰਡੀਅਨਸ ਦੇ ਹੱਥ ਵਿੱਚ ਆਈ, ਇੰਡੀਅਨ ਗੌਰਮੈਂਟ ਦੇ ਹੱਥ ਦੇ ਵਿੱਚ ਆਈ, ਇੰਡੀਅਨਸ ਲੋਕਾਂ ਦੇ ਹੱਥ ਦੇ ਵਿੱਚ ਆਈ। ਪਰ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਉਹ ਪਾਲਿਸੀਜ਼ ਇੰਪਲੀਮੈਂਟੇਸ਼ਨ ਹੁੰਦੀਆਂ ਨਹੀਂ ਆ, ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਰਹਿੰਦੀ ਰਹੀ, ਜਿਹਦੇ ਕਰਕੇ ਅੱਜ ਜਿਹੜਾ ਯੂਥ ਹੈ ਉਹ ਇੱਕ ਹੋਰ ਹੀ ਡਾਇਰੈਕਸ਼ਨ ਵੱਲ ਚਲਿਆ ਗਿਆ। ਹਰ ਪਾਸੇ ਤੁਸੀਂ ਦੇਖ ਸਕਦੇ ਐਜੂਕੇਸ਼ਨ ਨੂੰ ਛੱਡ ਕੇ ਲੋਕ ਬਾਹਰ ਜਾ ਰਹੇ ਨੇ, ਉਹਨਾਂ ਨੂੰ ਕੀ ਹੈ ਬਾਹਰਲੇ ਰੂਲਸ ਜ਼ਿਆਦਾ ਪਸੰਦ ਆ ਰਹੇ ਨੇ। ਉਹ ਕਹਿੰਦੇ ਨੇ ਹਮੇਸ਼ਾ ਕਿ ਅਮੈਰੀਕਾ ਦੇ ਵਿੱਚ ਇਹ ਰੂਲਸ ਜ਼ਿਆਦਾ ਵਧੀਆ ਨੇ, ਕਿ ਇੰਗਲੈਂਡ ਦੇ ਵਿੱਚ ਆਹ ਰੂਲਸ ਜ਼ਿਆਦਾ ਵਧੀਆ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਆਜ਼ਾਦ ਹੋਇਆ ਦੇਸ਼, ਅਤੇ ਉਸ ਤੋਂ ਬਾਅਦ ਜਿਹੜਾ ਕੌਨਸਟੀਟਿਊਸ਼ਨ ਬਣਿਆ ਉਹਦੇ ਵਿੱਚ ਦੁਨੀਆ ਦੇ ਬੈਸਟ ਜਿਹੜੇ ਕੌਨਸਟੀਟਿਊਸ਼ਨ ਸੀਗੇ
ਉੱਥੋਂ ਦੇ ਜਿਹੜੇ ਬੈਸਟ ਰੂਲਸ ਰੈਗੂਲੇਸ਼ਨ ਸੀਗੀਆਂ ਆਪਾਂ ਨੇ ਇਹਦੇ ਵਿੱਚ ਕੀ ਕੀਤਾ, ਪਾ ਕੇ ਕੰਪਾਈਲ ਕੀਤਾ ਇੰਡੀਅਨ ਕੋਨਸਟੀਟਿਊਸ਼ਨ, ਕਿ ਜਿਹਨੂੰ ਸਹੀ ਡਾਇਰੈਕਸ਼ਨ ਦੇ ਨਾਲ ਫੋਲੋ ਕਰਾਂਗੇ ਤਾਂ ਆਪਣਾ ਆਜ਼ਾਦੀ ਦਿਹਾੜਾ ਵੀ ਅਸੀਂ ਹਰ ਰੋਜ਼ ਆਜ਼ਾਦੀ ਦਿਹਾੜਾ ਮਨਾਵਾਂਗੇ, ਕੋਈ 15 ਅਗਸਤ ਨੂੰ ਨਹੀਂ ਮਨਾਵਾਂਗੇ। 15 ਅਗਸਤ ਚਲੋ ਇੱਕ ਸਿੰਬੋਲਿਕ ਹੈ ਕਿ ਇਸ ਦਿਨ ਆਪਾਂ ਨੂੰ ਇੱਕ ਡੇ ਸਟਾਰਟ ਹੋ ਗਿਆ ਸੀ ਕਿ ਅੱਜ ਤੋਂ ਇੰਡੀਆ ਅਕੋਰਡਿੰਗ ਟੂ ਦੀ ਇੰਡੀਅਨਸ ਰੂਲਸ ਦੇ ਅਕੋਰਡਿੰਗ ਚੱਲੇਗਾ। ਪਰ ਜੇ ਆਪਾਂ ਰੋਜ਼ ਆਜ਼ਾਦੀ ਮੰਨਣਾ ਚਾਹੁੰਦੇ ਹਾਂ ਤਾਂ ਸਾਨੂੰ ਐਕਚੁਅਲ ਸੈਂਸ ਆਫ ਇੰਡੀਪੈਂਡੈਂਸ ਸਮਝਣੀ ਪਏਗੀ, ਉਹ ਯੂਥ ਨੂੰ ਸਮਝਣੀ ਪਏਗੀ, ਕਿਉਂਕਿ ਯੂਥ ਹੀ ਕੀ ਆ, ਇੱਕ ਨੇਸ਼ਨ ਬਿਲਡਰ ਹੁੰਦਾ ਆ। ਠੀਕ ਹੈ ਸਰ, ਨੇ ਸਾਡੇ ਨਾਲ ਬਹੁਤ ਹੀ ਵਧੀਆ ਆਪਣੇ ਵਿਚਾਰ ਸਾਂਝੇ ਕੀਤੇ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਰਾਜੀ। ਤੁਸੀਂ NCC ਦੇ ਕਮਾਂਡਰ ਵਜੋਂ ਡਿਊਟੀ ਨਿਭਾ ਰਹੇ ਹੋ ਅਤੇ ਤੁਹਾਨੂੰ ਇੱਥੇ ਜ਼ਿਲ੍ਹਾ ਪੱਧਰੀ ਸਮਾਗਮ ਆਜ਼ਾਦੀ ਦਿਵਸ 'ਤੇ ਅਤੇ ਕਮਾਂਡ ਆਪਣੀ ਪਰੇਡ ਦੀ ਕਮਾਂਡਿੰਗ ਕਰਨ ਦਾ ਮੌਕਾ ਮਿਲਿਆ, ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ? ਮੈਂ ਬਹੁਤ ਫਖਰ ਮਹਿਸੂਸ ਕਰ ਰਹੀ ਹਾਂ ਕਿ ਸਾਡੇ ਟੀਚਰ ਨੇ ਸਾਨੂੰ ਇਹ ਸਭ ਸਿਖਾਇਆ ਜਿਸ ਕਰਕੇ ਅਸੀਂ ਅੱਜ ਇਸ ਸਮਾਗਮ 'ਤੇ ਪੇਸ਼ ਹੋ ਸਕਿਆ, ਅਤੇ ਮੈਂ ਆਪਣੇ ਟੀਚਰ ਨੂੰ ਥੈਂਕਸ ਕਹਿਣਾ ਚਾਹੂੰਗੀ, ਥੈਂਕਸ ਟੂ ਮਨਪ੍ਰੀਤ ਸਰ ਕਿ ਉਹਨਾਂ ਨੇ ਸਾਨੂੰ ਇਸ ਕਾਬਿਲ ਬਣਾਇਆ ਕਿ ਅਸੀਂ ਉਰੇ ਆ ਕੇ ਪਰੇਡ ਕਰ ਸਕੀਏ। ਥੈਂਕ ਯੂ। ਤੁਸੀਂ ਆਜ਼ਾਦੀ ਦਿਵਸ ਦੇ ਸਮਾਗਮ 'ਤੇ ਪਹੁੰਚੇ ਹੋ, ਤੁਸੀਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਅਤੇ ਤੁਹਾਨੂੰ ਪਹਿਲੇ ਦੇ ਸਮਾਗਮ ਦੇ ਨਾਲੋਂ ਹੁਣ ਦੇ ਸਮਾਗਮ ਵਿੱਚ ਕੀ ਤਬਦੀਲੀਆਂ ਨਜ਼ਰ ਆਈਆਂ? ਮਤਲਬ ਇਹ ਗਰਮੀ 'ਚ ਮੀਨਸ ਬੱਚਿਆਂ ਨੂੰ ਜ਼ਿਆਦਾ ਮੀਨਸ ਗਰਮੀ 'ਚ ਜ਼ਿਆਦਾ ਮੀਨਸ ਫੋਰਸ ਨਹੀਂ ਕਰਦੇ ਅਤੇ ਮੀਨਸ ਰਿਫਰੈਸ਼ਮੈਂਟ ਵਗੈਰਾ ਸਭ ਕੁਛ। ਅੱਛਾ ਜੀ, ਤੁਸੀਂ ਪਹਿਲਾਂ ਵੀ ਕਦੇ ਪਾਰਟੀਸਪੇਟ ਕੀਤਾ? ਹਾਂਜੀ ਹਾਂਜੀ, ਚਾਰ ਪੰਜ ਵਾਰ। ਫਿਰ ਤਾਂ ਬਹੁਤ ਵਧੀਆ ਗੱਲ ਆ, ਮਤਲਬ ਕਿ ਤੁਸੀਂ ਦੇਸ਼ ਭਗਤੀ ਦੀ ਭਾਵਨਾ ਰੱਖਦੇ ਹੋ। ਹਾਂਜੀ, ਠੀਕ ਹੈ, ਧੰਨਵਾਦ ਜੀ। ਪ੍ਰੋਗਰਾਮ ਵਿੱਚ ਕਿਹੜੇ ਸੌਂਗ 'ਤੇ ਆਪਣਾ ਜਿਹੜਾ ਪਰਫੋਰਮ ਕਰਨ ਆਏ ਹੋ? ਇਨਕਲਾਬ ਜ਼ਿੰਦਾਬਾਦ। ਇਨਕਲਾਬ ਜ਼ਿੰਦਾਬਾਦ, ਅਤੇ ਤੁਸੀਂ ਕਿਹੜੀ ਸਟੇਟ ਨੂੰ ਰਿਪ੍ਰਜੈਂਟ ਕਰ ਰਹੇ? ਤੁਹਾਡੀ ਡਰੈਸ ਤੋਂ ਪਤਾ ਲੱਗਦਾ ਕਿ ਤੁਸੀਂ ਸਾਰਿਆਂ ਨੇ ਅਲੱਗ ਅਲੱਗ ਡਰੈਸ ਪਾਈ ਹੋਈ ਹੈ, ਤੁਸੀਂ ਕਿਹੜੀ ਸਟੇਟ ਤੋਂ ਰਿਪ੍ਰਜੈਂਟ ਕਰ ਰਹੇ ਹੋ? ਹਰਿਆਣਾ। ਅਤੇ ਤੁਸੀਂ? ਅਸਾਮ। ਕਸ਼ਮੀਰੀ ਮਨੀਪੁਰ ਤੇ ਤੁਹਾਡੇ ਸੌਂਗ ਦੀਆਂ ਮੈਂ ਚਾਹਾਂਗੀ ਕਿ ਚਾਰ ਲਾਈਨਾਂ ਤੁਸੀਂ ਪੇਸ਼ ਕਰੋ ਕਿ ਕਿਵੇਂ ਹੈ। ਆਂਦਾ ਕਿਸੇ ਨੂੰ ਤੁਹਾਡੇ ਚੋਂ ਸੌਂਗ? ਦੱਸਿਓ ਜਰਾ। ਵਤਨ ਵਤਨ ਮੇਰੇ ਆਬਾਦ ਰਹੇ ਤੂੰ, ਵਤਨ ਵਤਨ ਮੇਰੇ ਆਬਾਦ ਰਹੇ ਤੂੰ, ਮ
ਆਨੰਦ ਮੰਡੀ ਤੋਂ ਆਏ ਹੋ ਤੇ ਤੁਸੀਂ ਇੱਥੇ 15 ਅਗਸਤ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪਹੁੰਚੇ ਹੋ ਹਨਾ ਤੇ ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਕਿ ਤੁਹਾਡੇ ਦਿਲ ਵਿੱਚ ਕਿਹੋ ਜਿਹੀ ਭਾਵਨਾ ਕਿ ਤੁਸੀਂ ਆਜ਼ਾਦੀ ਦਿਵਸ ਤੇ ਆਪਣਾ ਪ੍ਰੋਗਰਾਮ ਪੇਸ਼ ਕਰਨ ਪਹੁੰਚੇ ਹੋ ਬਹੁਤ ਵਧੀਆ ਮਹਿਸੂਸ ਕਰ ਰਹੇ ਸੀ ਵੀ ਅੱਜ ਇੱਥੇ ਕਰਿਆ ਸਾਰਿਆਂ ਦੇ ਸਾਹਮਣੇ ਅੱਛਾ ਜੀ ਹਾਂਜੀ ਤੁਸੀਂ ਸਰਕਾਰੀ ਕੰਨਿਆ ਹਾਈ ਸਕੂਲ ਸਰਹੰਦ ਮੰਡੀ ਤੋਂ ਆਏ ਹਾਂਜੀ ਕਿਵੇਂ ਜਿਹਾ ਮਹਿਸੂਸ ਕਰ ਰਹੇ ਹੋ ਤੁਸੀਂ ਆਜ਼ਾਦੀ ਦਿਵਸ ਦੇ ਪ੍ਰੋਗਰਾਮ ਬਹੁਤ ਵਧੀਆ ਮੌਸਮ ਬਹੁਤ ਵਧੀਆ ਆ ਪਿਛਲੀ ਵਾਰ ਗਰਮੀ ਸੀ ਪਰ ਹੁਣ ਥੋੜ੍ਹਾ ਜਿਹਾ ਮੌਸਮ ਠੀਕ ਹੋਇਆ ਤਾਂ ਬਹੁਤ ਹੀ ਲੱਗਿਆ ਅੱਛਾ ਜੀ ਤੁਸੀਂ ਬਹੁਤ ਵਧੀਆ ਅੱਜ ਬਹੁਤ ਵਧੀਆ ਲੱਗਿਆ ਅੱਜ ਡਾਂਸ ਕਰਕੇ ਕਿਉਂਕਿ ਪਹਿਲਾਂ 2-3 ਦਿਨਾਂ ਤੋਂ ਕਾਫੀ ਟੈਨਸ਼ਨ ਸੀਗੀ ਕਿ ਇੰਨੀ ਜ਼ਿਆਦਾ ਗਰਮੀ ਹੈ ਅਤੇ 15 ਅਗਸਤ ਨੂੰ ਵੀ ਬਹੁਤ ਗਰਮੀ ਹੋਊਗੀ ਪਰ ਅੱਜ ਬਹੁਤ ਵਧੀਆ ਲੱਗਿਆ ਕਿ ਗੋਡ ਨੇ ਵਧੀਆ ਮੌਸਮ ਬਣਾ ਤਾ